ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ 'ਤੇ। ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਨਵੀਂ ਸਕਾਰਪੀਓ ਦੀ ਵੀਡੀਓ ਜੋ ਕਿ ਵਾਈਟ ਕਲਰ ਵਿੱਚ ਲੀਕ ਹੋਈ ਹੈ ਅਤੇ ਜਿਵੇਂ ਕਿ ਤੁਹਾਨੂੰ ਪਤਾ ਇਸਦਾ ਟ੍ਰੇਲਰ ਪਹਿਲਾਂ ਹੀ ਆ ਗਿਆ ਸੀ ਅਤੇ ਇਸਨੂੰ ਕਲੀਅਰਲੀ ਵਾਈਟ ਕਲਰ ਵਿੱਚ ਸਪੋਟ ਕੀਤਾ ਗਿਆ ਹੈ ਬਿਨਾਂ ਕਿਸੇ ਵੀ ਕੈਮਫਲੋਜ ਦੇ। ਤੁਸੀਂ ਦੇਖ ਰਹੇ ਹੋ ਗੱਡੀ ਕਿੰਨੀ ਮਸਕੁਲਰ ਲੱਗ ਰਹੀ ਹੈ, ਇਹਦੀ ਗ੍ਰਿਲ ਵੀ ਬਹੁਤ ਸ਼ਾਨਦਾਰ ਲੱਗ ਰਹੀ ਹੈ ਅਤੇ ਨਾਲ ਹੀ ਇਸਦੀਆਂ ਡੀ ਆਰ ਐਲਸ ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਹਨ। ਨਾਲ ਹੀ ਇਹ ਗੱਲ ਦੇਖਣਾ ਨਹੀਂ ਹੋਵੇਗੀ ਕਿ ਇਸ ਵਿੱਚ ਮਹਿੰਦਰਾ ਦਾ ਲੋਗੋ ਪੁਰਾਣਾ ਹੀ ਦਿਖ ਰਿਹਾ ਹੈ, ਹੋ ਸਕਦਾ ਹੈ ਕਿ ਹੁਣ ਇਸ ਨੂੰ ਚੇਂਜ ਕੀਤਾ ਜਾਵੇ ਪਰ ਇਹ ਪੁਰਾਣੇ ਲੋਗੋ ਨਾਲ ਹੀ ਜੋ ਫੋਟੋਜ਼ ਬਾਹਰ ਆਈਆਂ ਨੇ। ਜੇ ਆਪਾਂ ਸਾਈਡ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਹ ਥੋੜ੍ਹੀ ਥੋੜ੍ਹੀ ਦੇਖਣ ਨੂੰ ਐਕਸ ਯੂ ਵੀ 700 ਵਾਂਗ ਲੱਗ ਰਹੀ ਹੈ। ਸਕਾਰਪੀਓ ਆਪਣੇ ਹੀ ਮੁਕਾਬਲੇ ਦੇ ਤੌਰ 'ਤੇ ਐਕਸ ਯੂ ਵੀ 700 ਹਲਕਾ ਯਾਰ ਐਮ ਜੀ ਹੈਕਟਰ ਪਲੱਸ ਵਰਗੀਆਂ ਗੱਡੀਆਂ ਟਾਟਾ ਸਫਾਰੀ ਵਰਗੀਆਂ ਗੱਡੀਆਂ ਨੂੰ ਬਕਾਇਦਾ ਟੱਕਰ ਦੇਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਮਹਿੰਦਰਾ ਇਸ ਦੀ ਕੀਮਤ ਕਿੰਨੀ ਰੱਖਦਾ ਹੈ ਅਤੇ ਉਸ ਹਿਸਾਬ ਨਾਲ ਇਸਦੀ ਸੇਲਸ ਕਾਫੀ ਹੋਵੇਗੀ ਕਿਉਂਕਿ ਲੋਕ ਇਸ ਨੂੰ ਲੈ ਕੇ ਬਹੁਤ ਉਤਸੁਕਤਕ ਹਨ। ਸੋ ਇਹ ਤੁਸੀਂ ਦੇਖ ਰਹੇ ਹੋ ਇਹਦੀ ਬੈਕ ਪ੍ਰੋਫਾਈਲ। ਸੋ ਅੱਜ ਦੀ ਵੀਡੀਓ ਲਈ ਇੰਨਾ ਹੀ, ਧੰਨਵਾਦ।